ਸਾਸ਼ਿਕਲ ਬੱਚਿਓ ਅੱਜ ਆਪਾਂ ਖੇਤਰ ਮਿਤੀ ਮੈਂਸੂਰੇਸ਼ਨ ਦਾ ਇੱਕ ਵਾਰ ਫੇਰ ਜੋ ਹੈ ਟਾਪਿਕ ਡਿਸਕਸ ਕਰਨਾ ਹੈ ਉਹ ਕਿਹੜਾ ਹੈ ਸਾਡਾ ਸਾਡੀ ਜੋ ਐਕਸਰਸਾਈਜ਼ 10.1 ਦੇ ਕੁਐਸਚਨ ਲਾਸਟ ਟਾਈਮ ਅਸੀਂ ਲਾਸਟ ਲੈਕਚਰ ਦੇ ਵਿੱਚ ਨਹੀਂ ਪ੍ਰੋਪਰ ਕਰ ਪਾਏ ਸੀ ਤੇ ਇਸ ਤੋਂ ਇਲਾਵਾ ਅੱਜ ਅਸੀਂ ਖੇਤਰਫਲ ਵਾਲੇ ਵੀ ਪੜਾਂਗੇ ਠੀਕ ਹੈ ਕਿ ਕੀ ਹੁੰਦਾ ਹੈ ਖੇਤਰਫਲ ਯਾ ਏਰੀਆ ਕਿਹਾ ਹੁੰਦਾ ਪਹਿਲਾਂ ਆਪਾਂ ਆਪਣੀ ਐਕਸਰਸਾਈਜ਼ ਦੇ ਕੁਐਸਚਨ ਕੰਪਲੀਟ ਕਰਦੇ ਹਾਂ ਦੈਨ ਆਫਟਰਵਰਡਸ ਵੀਲ ਡੂ ਦਾ ਨੈਕਸਟ ਟਾਪਿਕ ਆਲਸੋ ਸੋ ਪਹਿਲਾ ਆਪਾਂ ਥੋੜਾ ਜਿਹਾ ਰੀਕਾਲ ਕਰ ਲੈਂਦੇ ਹਾਂ ਕੁਝ ਬੱਚਿਆਂ ਨੇ ਮੇਬੀ ਕੋਈ ਲੈਕਚਰ ਮਿਸ ਕੀਤਾ ਹੋਵੇ ਤਾਂ ਅਸੀਂ ਪਰਿਮਾਪ ਦੇ ਬਾਰੇ ਪੜ੍ਹ ਰਹੇ ਹਾਂ ਕਿ ਜੋ ਬੰਦਾ ਕ੍ਰਿਤਿਆ ਦਾ ਪਰਿਮਾਪ ਹੁੰਦਾ ਉਹ ਸਾਰੀਆਂ ਭੁਜਾਵਾਂ ਦੀ ਲੰਬਾਈਆਂ ਦਾ ਜੋੜ ਫਲ ਪਤਾ ਕਰਕੇ ਕੀਤਾ ਜਾਂਦਾ ਤੁਸੀਂ ਸਾਰੀਆਂ ਭੁਜਾਵਾਂ ਨੂੰ ਕੀ ਕਰ ਦਿੰਦੇ ਹੋ ਜੋੜ ਦਿੰਦੇ ਹੋ ਇਹੀ ਅਸੀਂ ਜੋ ਆਪਣਾ ਕਨਸੈਪਟ ਹੈ ਇਹ 10.1 ਐਕਸਰਸਾਈਜ਼ ਦੇ ਵਿੱਚ ਆਪਾਂ ਅਸੀਂ ਯੂਜ਼ ਕੀਤਾ ਹੈ ਹੈਨਾ ਇਸੇ ਨਾਲ ਹੀ ਜਿਹੜੇ ਅਸੀਂ ਵੱਖ-ਵੱਖ ਕੁਐਸਚਨ ਹੈ ਉਹ ਸੋਲਵ ਕੀਤੇ ਹਨ no doubt ਵੀ ਹੈ ਅਸੀਂ ਜੋ ਹੈ ਕੁਝ ਫਾਰਮੂਲੇ ਜੇ ਤੁਸੀਂ ਮਤਲਬ ਇੱਥੇ ਦੇਖ ਸਕਦੇ ਹੋ ਕਿ ਅਸੀਂ ਇੱਥੇ ਤਿੰਨ ਫਾਰਮੂਲੇ ਅਲੱਗ-ਅਲੱਗ ਲਿਖੇ ਹਨ ਬੇਟੇ ਫਾਰਮੂਲਾ ਬੇਸਿਕਲੀ ਕੁਝ ਨਹੀਂ ਇਹ ਉਹੀ ਪੁਜਾਵਾਂ ਦੇ ਜੋੜ ਦੇ ਨਾਲ ਸੰਬੰਧਿਤ ਹੈ ਆਇਤ ਦਾ ਪਰਿਮਾਪ ਹੁੰਦਾ ਹੈ 2 ਬ੍ਰੈਕਟ ਲੰਬਾਈ ਪਲੱਸ ਚੌੜਾਈ 2 ਗੁਣਾ ਔਰ ਇਹ ਗੁਣਾ ਦਾ ਨਿਸ਼ਾਨ 2 ਗੁਣਾ ਲੰਬਾਈ ਪਲੱਸ ਚੌੜਾਈ ਇਹਦੇ ਵਿੱਚ ਜੋ ਹੈ ਮਤਲਬ 2 ਜੋ ਹੈ ਗੁਣਾ ਹੋ ਰਿਹਾ ਲੰਬਾਈ ਪਲੱਸ ਚੌੜਾਈ ਦੇ ਨਾਲ ਇਹਦੇ ਵਿੱਚ ਬੇਟਾ ਇਹ ਲੰਬਾਈ ਤੇ ਚੌੜਾਈ ਇਹ ਕਿਹ ਹੁੰਦੀਆਂ ਪੁਜਾਵਾਂ ਹੀ ਹੁੰਦੀਆਂ ਇਹ ਕਾਇਦੀਆਂ ਠੀਕ ਹੈ ਜੇ ਤੁਸੀਂ ਚਾਰੇ ਭੁਜਾਵਾਂ ਨੂੰ ਜੋੜਾਂਗੇ ਤਾਂ ਦੋ ਵਾਰ ਲੰਬਾਈ ਜੋੜੀ ਜਾਊਗੀ ਤੇ ਦੋ ਵਾਰ ਚੜਾਈ ਤਾਂ ਅਸੀਂ ਇਸ ਕਰਕੇ ਕਹਿੰਦੇ ਹਾਂ ਕਿ ਇਸੀ ਲੰਬਾਈ ਔਰ ਚੜਾਈ ਨੂੰ ਇੱਕ ਵਾਰ ਜੋੜ ਕੇ ਤੇ ਉਹਨੂੰ ਦੋ ਨਾਲ ਗੁਣਾ ਕਰ ਦਿੰਦੇ ਹਾਂ ਠੀਕ ਹੈ ਕਿਉਂਕਿ ਉਹ ਸਾਡੇ ਕੋਲ ਦੋ ਵਾਰ ਰਿਪੀਟ ਹੋ ਰਹੀ ਹੈ ਹਨਾ ਤੇ ਉਸ ਤੋਂ ਬਾਅਦ ਜਿਹੜਾ ਵਰਗ ਦਾ ਪਰਿਮਾਪ ਹੈ ਉਹਦੇ ਵਿੱਚ ਤਾਂ ਸਾਰੀਆਂ ਭੁਜਾਵਾਂ ਕਿਹ ਹੁੰਦੀਆਂ ਇਹ ਸਾਡੇ ਆਇਤ ਹੈ ਠੀਕ ਹੈ ਇਹਦੇ ਵਿੱਚ ਇਹ ਲੰਬਾਈ ਹੈ ਤਾਂ ਇਹ ਵੀ ਸੌਰੀ ਇਹ ਜੇ ਲੰਬਾਈ ਲੈ ਲਈ ਤਾਂ ਇਹ ਲੈਂਥ ਜੋ ਹੈ ਦਿਸ ਇਜ਼ ਲੈਂਥ ਔਰ ਦਿਸ ਇਜ਼ ਬ੍ਰੈਥ ਠੀਕ ਹੈ ਇਹਦੇ ਸਾਹਮਣੇ ਵੀ ਲੈਂਥ ਹੋएगी ਤੇ ਸਾਹਮਣੇ ਵੀ ਜੇ ਤੁਸੀਂ ਸਾਰੀ ਪਲੱਸ ਕਰੋਗੇ ਸੋ ਇਟ ਵਿਲ ਕਮ ਆਊਟ ਟੂ ਬੀ 2 ਇਨ ਦਾ ਬ੍ਰੈਕਟ 2 ਮਲਟੀਪਲਾਈ ਬਾਈ ਇਨ ਦਾ ਬ੍ਰੈਕਟ l+b ਇਹ ਬ੍ਰੈਕਟ ਪਾਉਣ ਦਾ ਮਤਲਬ ਤੁਹਾਨੂੰ ਦੱਸਿਆ ਗਿਆ ਸੀਗਾ ਇਹ ਤੁਸੀਂ ਕੁਐਸਚਨ ਦੇ ਵਿੱਚ ਵੀ ਧਿਆਨ ਰੱਖਣੀ ਹੈ ਕਿ ਇਹਨੂੰ ਪਹਿਲਾਂ ਆਪਾਂ ਜੋੜਨਾ ਹੈ ਭੁਜਾਵਾਂ ਦੀ ਲੰਬਾਈਆਂ ਨੂੰ ਤੇ ਉਸ ਤੋਂ ਬਾਅਦ ਉਸ ਨੂੰ ਜਿਹੜਾ ਆਨਸਰ ਆਏ ਉਸ ਨੂੰ ਦੋ ਨਾਲ ਗੁਣਾ ਕਰ ਦੇਣਾ ਇਹ ਕੁਐਸਚਨਸ ਆਪਾਂ ਕੀਤੇ ਸੀਗੇ ਔਰਓਵਰ ਇਹਦੇ ਨਾਲ ਅਸੀਂ ਜੋ ਯੂਨਿਟਸ ਹੈ ਉਹ ਪ੍ਰੋਪਰ ਯੂਜ਼ ਕਰਨੀ ਹੈ ਸਾਡੇ ਕੁਐਸਚਨ ਦੇ ਵਿੱਚ ਸਾਨੂੰ ਕਿਹੜੀ ਯੂਨਿਟਸ 기ਵਨ ਹੈ ਸੇਮ ਅਪਲਾਈਜ਼ ਟੂ ਏਵਰੀ ਕੁਐਸਚਨ ਜਿਵੇਂ ਮਤਲਬ ਏਵਰੀ ਕੁਐਸਚਨ ਠੀਕ ਹੈ ਹਰ ਇੱਕ ਕੁਐਸਚਨ ਦੇ ਵਿੱਚ ਯੂ ਹੈਵ ਟੂ ਟੇਕ ਕੇਅਰ ਆਫ ਯੋਰ ਯੂਨਿਟਸ ਜਿਹੜੀਆਂ ਤੁਹਾਨੂੰ ਇਕਾਈਆਂ ਉਸ ਕੁਐਸਚਨ ਦੇ ਵਿੱਚ ਦੇ ਰੱਖੀਆਂ ਉਹਦੇ ਤੇ ਖਾਸ ਤੁਸੀਂ ਧਿਆਨ ਰੱਖਣਾ ਤੇ ਸਾਡਾ ਅਗਲਾ ਕੁਐਸਚਨ ਅਗਲਾ ਜੋ ਹੈ ਵਰਗ ਦਾ ਪਰਿਮਾਪ ਇਹਦੇ ਵਿੱਚ ਸਾਡੇ ਕੋਲ ਸੀਗੀ 4 ਗੁਣਾ 1 ਪੂਜਾ ਦੀ ਲੰਬਾਈ ਕਿਉਂਕਿ ਸਾਡਾ ਜੋ ਵਰਗ ਹੈ ਉਹਦੀਆਂ ਜਿਹੜੀਆਂ ਹੁੰਦੀਆਂ 4 ਪੂਜਾਵਾਂ ਹੁੰਦੀਆਂ ਸਾਰੀ ਪੂਜਾਵਾਂ ਕਿਹ ਹੁੰਦੀਆਂ ਸੇਮ ਹੁੰਦੀਆਂ ਠੀਕ ਹੈ ਸੋ ਆਈ ਹੈਵ ਟੇਕਨ ਇਟ ਐਸ ਐਸ ਫਾਰ ਸਾਈਡ ਠੀਕ ਹੈ ਇਫ ਆਈ ਆਈਦਰ ਆਈ add all the sides or i can multiply it with one side with four theek hai because all the sides are equal in square ede naal vi tusi jo hai units da dhyan rakhna ki kehdi ikai appa use kar rahe hai question de vich phir sadi gal aandi hai sampoojitripujh di lambai le theek hai sampoojitripujh di jo lambai hai okay hai 3 guna ik bhoja di lambai 3 guna ik bhoja di lambai kyon layi appa because sampoojitripujh di gal karde hain ta sari bhojaama kya hundiyan saman hundiyan बराबर ਹੁੰਦੀਆਂ ਠੀਕ ਹੈ ਜੇ ਅਪਾ ਇਸ ਨੂੰ ਵੀ ਐਸ ਐਸ ਲੈ ਲਈ ਤਾਂ ਇਹ ਕੀ ਹੋ ਜਾਏਗਾ ਚਾਹੇ ਤੁਸੀਂ ਤਿੰਨ ਵਾਰ ਤਿੰਨੋਂ ਭੁਜਾਵਾਂ ਨੂੰ ਜੋੜ ਲਓ ਚਾਹੇ ਤੁਸੀਂ ਇਹਨਾਂ ਨੂੰ ਤਿੰਨ ਨਾਲ ਗੁਣਾ ਕਰ ਲਓ ਔਰ ਤੁਸੀਂ ਮਤਲਬ ਇੱਕ ਭੁਜਾ ਦੀ ਜੋ ਲੰਬਾਈ ਹੈ ਉਹਦੇ ਨਾਲ ਤਿੰਨ ਨੂੰ ਗੁਣਾ ਕਰ ਦੋ ਤੁਹਾਡੇ ਕੋਲ ਜੋ ਆਨਸਰ ਹੈ ਉਹ ਕੀ ਆ ਜਾਏਗਾ ਇੱਥੇ ਸੌਰੀ ਇਹ ਪਰਿਮਾਪ ਆ ਜਾਏਗਾ ਠੀਕ ਹੈ ਇਸ ਇੱਕ ਸੰਪੂਜਿਤ ਤ੍ਰਿਭੁਜ ਦਾ ਪਰਿਮਾਪ ਓਕੇ ਹੁਣ ਸਾਡਾ ਜੋ ਕੁਐਸਚਨ ਸੀਗਾ 10.1 ਦਾ ਉਹਦੇ ਵਿੱਚ ਕੀ ਸੀਗਾ ਸੀ ਕੁਐਸਚਨ ਇੱਕ ਧਾਗੇ ਦਾ ਟੁਕੜਾ 30 ਸੈਂਟੀਮੀਟਰ ਲੰਬਾਈ ਦਾ ਹੈ ਇਹ ਆਪਾਂ ਲਾਸਟ ਟਾਈਮ ਸਾਡਾ ਕੁਐਸਚਨ ਜੋ ਹੈ ਰਹਿ ਗਿਆ ਸੀ ਥੋੜਾ ਤੁਹਾਨੂੰ ਸਮਝਾਇਆ ਸੀ ਬਟ ਅੱਜ ਇਸ ਨੂੰ ਕਰਾਂਗੇ ਅੱਛੀ ਤਰ੍ਹਾਂ ਕੁਝ ਬੱਚੇ ਨੇ ਮੇ ਵੀ ਟਰਾਈ ਵੀ ਕੀਤਾ ਹੋਏ ਹੈ ਨਾ ਬਿਕੋਜ਼ ਇੰਟਰਸਟਿੰਗ ਕੁਐਸਚਨ ਹੈ ਇਹਦੇ ਤੁਸੀਂ ਆਪਣੀ ਪ੍ਰੈਕਟੀਕਲ ਦੇ ਵਿੱਚ ਵੀ ਪ੍ਰੈਕਟਿਸ ਕਰ ਸਕਦੇ ਹੋ ਕਿ 30 ਸੈਂਟੀਮੀਟਰ ਇਜ਼ ਨਾਟ ਅ ਵੈਰੀ ਬਿਗ ਥ्रेड ਹੈ ਨਾ ਐਨਾ ਤਾਂ ਅਸੀਂ ਨਹੀਂ ਕਿਹਾ ਤੁਸੀਂ ਆਪਣੀ ਸਕੇਲ ਨੂੰ ਲੈ ਕੇ ਤੇ 30 ਸੈਂਟੀਮੀਟਰ ਦਾ ਜੋ ਹੈ ਉਹ ਧਾਗਾ ਕੱਟ ਕੇ ਤਦ ਉਹਦੇ ਨਾਲ ਤੁਸੀਂ ਵਰਗ ਵੀ ਬਣਾ ਕੇ ਆਪਣੀ ਕਾਪੀ ਦੇ ਵਿੱਚ ਲਗਾ ਸਕਦੇ ਹੋ ਇੱਕ ਤਰੀਕੇ ਨਾਲ ਤੁਹਾਡੀ ਐਕਟੀਵਿਟੀ ਹੋ ਜਾਂਦੀ ਹੈ ਹੈਨਾ ਔਰ ਐਕਟੀਵਿਟੀਆਂ ਕਰਨੀਆਂ ਤਾਂ ਵੈਸੇ ਹੀ ਮਤਲਬ ਬੱਚਿਆਂ ਨੂੰ ਬਹੁਤ achhe ਲੱਗਦੀਆਂ ਹਨ ਕਰਨ ਆਪਣੀ ਕਾਪੀਸ ਦੇ ਵਿੱਚ ਸਕੂਲ ਦੇ ਵਿੱਚ ਜੇ ਬੱਚਿਆਂ ਨੂੰ ਮਤਲਬ ਥੋੜੀ ਜੀ ਵੀ ਕੋਈ ਐਵੇਂ ਦੀ ਗੱਲ ਦੱਸੀ ਜਾਏ ਤਾਂ ਬੜੀ ਸ਼ੌਂਕ ਨਾਲ ਇਹ ਕਰਦੇ ਹਨ ਬਿਕੋਜ਼ ਉਹਨਾਂ ਨੂੰ ਇਹ ਹੁੰਦਾ ਹੈ ਕਿ ਸਾਡੇ ਕੋਲ ਜੋ ਮਟੀਰੀਅਲ ਘਰ ਦੇ ਵਿੱਚ ਹੈ ਜੇ ਉਹਦੇ ਨਾਲ ਅਸੀਂ ਕੁਝ ਵਧੀਆ ਤਰੀਕੇ ਨਾਲ ਆਪਣੀ ਕਾਪੀ ਨੂੰ ਵਧੀਆ ਕਰ ਸਕੀਏ ਤਾਂ ਤੁਸੀਂ ਇਹਦੇ ਵਿੱਚ ਵੀ ਕਰਕੇ ਦੇਖ ਸਕਦੇ ਹੋ ਹੁਣ ਤੁਸੀਂ ਆਪਣੇ ਜੋ ਹੈ ਇੱਥੇ ਤਜੱਸਮੈਂ ਤੁਹਾਨੂੰ ਫਿਗਰਜ਼ ਦੇ ਨਾਲ ਹੀ ਸਮਝਾ ਸਕਦੀਆਂ ਕਿ ਸਾਡੇ ਕੋਲ ਇੱਕ 30 ਸੈਂਟੀਮੀਟਰ ਦੀ ਸੈਡ ਹੈ ਠੀਕ ਹੈ ਉਹਦੀ ਲੈਂਥ ਕਿੰਨੀ ਹੈ 30 ਸੈਂਟੀਮੀਟਰ ਸੋ ਹੇਅਰ ਆਪਾਂ ਜੋ ਧਾਗੇ ਦੀ ਲੰਬਾਈ ਹੈ ਉਹ ਕਿੰਨੀ ਲਿਖਣੀ ਹੈ ਜੋ ਥ੍ਰੈਡ ਦੀ ਜੋ ਸਟਿੰਗ ਹੈ ਸਾਡੇ ਕੋਲ ਉਹਦੀ ਜੋ ਲੈਂਥ ਹੈ ਉਹ ਕਿੰਨੀ ਹੈ ਇਟ ਇਜ਼ 30 ਸੈਂਟੀਮੀਟਰ ਠੀਕ ਹੈ ਸੈਂਟੀਮੀਟਰ ਦੀ ਇਕਾਈ ਯੂਨਿਟ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਕਿ ਤੁਸੀਂ ਆਪਣੀ ਯੂਨਿਟ ਸੇਪੂਨੀਆ ਉਹ ਹੈ ਤੇ ਇਸ ਨੂੰ ਮੋੜ ਕੇ ਕੀ ਬਣਾਇਆ ਜਾਂਦਾ ਹੈ ਇੱਕ ਕੀ ਬਣਾਇਆ ਜਾਂਦਾ ਹੈ ਵਰਗ ਅਸੀਂ ਵਰਗ-ਵਕਾ ਕ੍ਰਿਤਿਆਾਂ ਦੇ ਵਿੱਚ ਗੱਲ ਕਰਾਂਗੇ ਵਰਗ ਦਾ ਸਾਨੂੰ ਪਤਾ ਹੈ ਕੀ ਹੁੰਦਾ ਆਲ ਸਾਈਡਸ ਆਰ ਇਕੁਅਲ ਠੀਕ ਹੈ ਕਿਉਂਕਿ ਜੇ ਇਹ ਸਾਰੇ ਸਾਈਡਸ ਜੋ ਹੈ ਉਹ ਇਕੁਅਲ ਹੋਣੇ ਇਸ ਕਰਕੇ ਅਸੀਂ ਜੋ ਹੈ ਇਹ ਵਰਗ ਲੈ ਲੈਣਾ ਠੀਕ ਹੈ ਜੀ ਇੱਕ ਅਸੀਂ ਵਰਗ ਬਣਾ ਲਾਂਗੇ ਇੱਥੇ ਵਿਦ ਹੈਲਪ ਆਫ ਸਕੇਲ ਤੁਸੀਂ ਸਕੇਲ ਦੀ ਜੋ ਹੈ ਹੈਲਪ ਜ਼ਰੂਰ ਲੈਣੀ ਹੈ ਕਿਉਂਕਿ ਅ ਜੀਮੈਟਰੀ ਦੇ ਵਿੱਚ ਜਿਹੜੀ ਤੁਹਾਡੀਆਂ ਫਿਗਰਸ ਐ ਜੇ ਤੁਸੀਂ ਉਹਨੂੰ ਸਕੇਲ ਨਾਲ ਬਣਾਉਣੇ ਹੋ ਤਾਂ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਣਾਈਆਂ ਚਾਹੁੰਦੀਆਂ ਠੀਕ ਹੈ ਜੀ ਤਾਂ ਇਹ ਇੱਕ ਆਪਾਂ ਵਰਗ ਲੈ ਲੈਂਦੇ ਤੇ ਇਹਨੂੰ ਹੁਣ ਜਦੋਂ ਅਸੀਂ ਤਾਂ ਅੱਗੇ ਨੂੰ ਵਰਗ ਦੇ ਵਿੱਚ ਬਣਾਵਾਂਗੇ ਹੈਨਾ ਵਰਗ ਦੇ ਰੂਪ ਦੇ ਵਿੱਚ ਬਣਾਵਾਂਗੇ ਤਾਂ ਜਿਹੜੀ 30 ਸੈਂਟੀਮੀਟਰ ਜਿਹੜੀ ਧਾਗੇ ਦੀ ਲੰਬਾਈ ਸੀ ਉਹ ਵਰਗ ਦਾ ਕੀ ਹੋਵੇਗਾ ਧਿਆਨ ਨਾਲ ਦੇਖੋ ਕਿ ਜਦੋਂ ਤੁਸੀਂ ਧਾਗੇ ਨੂੰ 모ੜਿਆ ਤੇ ਉਸ ਨੂੰ ਇੱਕ ਵਰਗ ਦਾ ਰੂਪ ਦਿੱਤਾ ਤਾਂ ਉਹ ਜਿਹੜੀ ਤੁਹਾਡੀ 30 ਸੈਂਟੀਮੀਟਰ ਲੰਬਾਈ ਸੀ ਉਹ ਵਰਗ ਦਾ ਕੀ ਬਣ ਜਾਏਗੀ ਹਾਂਜੀ ਸ਼ਾਬਾਸ਼ ਓਕੇ ਆ ਬਣ ਜਾਏਗਾ ਇਹਦਾ ਪਰਿਮਾਪ ਬਣ ਜਾਏਗਾ ਠੀਕ ਹੈ ਕੀ ਬਣ ਜਾਏਗਾ ਵਰਗ ਦਾ ਪਰਿਮਾਪ ਕਿਉਂ ਬਣ ਜਾਏਗਾ ਕਿਉਂਕਿ ਜੇ ਤੁਸੀਂ ਮੋੜੋਗੇ ਤਾਂ ਅੱਗੇ ਨੂੰ ਜਦੋਂ ਤੁਸੀਂ ਉਹਦੀ ਸਾਈਡ 'ਤੇ ਲਗਾਓਗੇ ਤਾਂ ਹੈਨਾ ਆਪਾਂ ਲਾਸਟ ਲੈਕਚਰ ਦੇ ਵਿੱਚ ਕੀਤਾ ਸੀਗਾ ਕਿ ਸਟ੍ਰਿੰਗ ਨਾਲ ਆਪਾਂ ਜਦੋਂ ਬਣਾਉਨੇ ਆ ਕੋਈ ਵੀ ਆਕ੍ਰਿਤੀ ਤਾਂ ਜਦੋਂ ਅਸੀਂ ਉਹਦੀ ਬਾਰੋ-ਬਾਰ ਦੂਰੀ ਮਾਪਦੇ ਆ ਤਾਂ ਉਹ ਕਿਆ ਹੋ ਜਾਂਦੀ ਹੈ ਉਹਦੀ ਉਹਦਾ ਪਰਿਮਾਪ ਹੋ ਜਾਂਦਾ ਹੈ ਠੀਕ ਹੈ ਉਹ ਵੀ ਕਨਸੈਪਟ ਹੈ ਵੈਸੇ ਵੀ ਕਿਉਂਕਿ ਇਹ ਸਾਰੀ ਸਾਈਡਾਂ ਤੇ ਕਵਰ ਕਰ ਲੇਗਾ ਤਾਂ ਅੱਗੇ ਉਸ ਨੂੰ ਵਰਗ ਬਣਾਉਣ ਲੱਗਿਆ ਤਾਂ ਜੋ ਹੈ ਅਸੀਂ ਪੂਜਾਦੀ ਗੱਲ ਨਹੀਂ ਕਰ ਰਹੇ ਅਸੀਂ ਸਾਰੀ ਸਾਈਡਸ ਦੇ ਸਮ ਦੀ ਗੱਲ ਕਰ ਰਹੇ ਹਾਂ ਤਾਂ 30 ਸੈਂਟੀਮੀਟਰ ਇਸ ਸਮ ਆਫ ਆਲ ਦਾ ਸਾਈਡਸ ਤੇ ਉਹ ਕਿਆ ਹੋ ਜਾਊਗਾ ਸਾਡਾ ਵਰਗ ਦਾ ਪਰਿਮਾਤ ਤੇ ਇਸ ਕੁਐਸਚਨ ਦੇ ਵਿੱਚ ਤੁਸੀਂ ਜੋ ਹੈ ਉਹ ਲਿਖਣਾ ਹੈ ਕਿ ਸਾਡੀ ਧਾਗੇ ਦੀ ਲੰਬਾਈ ਹੈ ਲੈਂਥ ਆਫ ਸਟ੍ਰਿੰਗ ਹੈ ਉਹ ਕਿੰਨੀ ਹੈ 3 ਸੈਂਟੀਮੀਟਰ ਤੇ ਇਹ ਜਿਹੜੀ ਧਾਗੇ ਦੀ ਲੰਬਾਈ ਹੈ ਜਦੋਂ ਇਸ ਨੂੰ ਧਾਗੇ ਨੂੰ ਮੋੜ ਕੇ वर्ग बना जो धागे की लंबाई है हो हो वर्ग दे परिमाप दे बराबर हो जाएगी वर्ग का धागे की लंबाई बराबर वर्ग का परिमाप ठीक है जी इट मीनस की जो सा वर्ग है ਉਧਰੋਂ ਸਾਨੂੰ ਕਿਆ ਮਿਲ ਗਿਆ ਪਰਿਮਾਪ ਕਿੰਨਾ 30 ਸੈਂਟੀਮੀਟਰ ਤੇ ਲਾਸਟ ਲੈਕਚਰ ਦੇ ਵਿੱਚ ਅਸੀਂ ਕਰਿਆ ਸੀ ਕਿ ਜੇ ਅਸੀਂ ਕਿਸੇ ਵੀ ਫੋਰ ਇਕੁਅਲ ਸਾਈਡਡ ਫਿਗਰ ਜਿਹੜੀ ਮਤਲਬ ਸੌਰੀ ਕੋਈ ਵੀ ਜਿਹਦੀਆਂ ਸਾਈਡਸ ਇਕੁਅਲ ਹਨ ਹੈਨਾ ਉਸ ਫਿਗਰ ਦੀ ਜੇ ਅਸੀਂ ਸਾਨੂੰ ਪਰਿਮਾਪ ਦਿੱਤਾ ਹੈ ਤੇ ਅਸੀਂ ਉਹਦੀ ਇੱਕ ਭੁਜਾ ਪਤਾ ਕਰਨੀ ਹੈ ਇਹਦੇ ਵਿੱਚ ਅਸੀਂ ਕਿਆ ਪਤਾ ਕਰਨਾ ਹੈ ਤਾਂ ਅਸੀਂ ਹਰੇਕ ਭੁਜਾ ਦੀ ਲੰਬਾਈ ਪਤਾ ਕਰਨੀ ਹੈ ਕਿ ਕਿੰਨੀ ਹੋਵੇਗੀ ਤਾਂ ਉਹਦੇ ਲਈ ਕਿਆ ਕਰਨਾ ਹੈ हरेक पूजा की लंबाई पता करनी है तो जोड़ी सा परिमाप है जोड़ा सा पैरीमीटर है वह कि भाग कर दो उस पूजा उस आकृति द किजाव तो इस आकृति द किन्निया पुजावी देख सद अपने स्क्रीन वन टू थ्री एंड फोर तो यह चार पुजाव इस करके परिमापू कि भाग कर दोगे फोर न इट मीनस वी आर टू डिवाइड थर्टी बाय फोर ठीक है इत सेंटीमीटर आएगा क्योंकि ਜੋ ਕਾਹੀ ਹੋ ਕਿ ਨਹੀਂ ਹੈ ਸੈਂਟੀਮੀਟਰਸ ਸੋ ਵੈਨ ਯੂਲ ਡਿਵਾਈਡ 30 ਬਾਈ 4 ਠੀਕ ਹੈ ਹੁਣ ਕੰਪਲੀਟਲੀ ਡਿਵਾਈਡ ਨਹੀਂ ਹੋਏਗਾ ਤਾਂ ਤੁਸੀਂ ਇਸ ਨੂੰ ਦੋ ਨਾਲ ਭਾਗ ਕਰਕੇ ਲਿਖ ਸਕਦੇ ਹੋ 15/2 ਸੈਂਟੀਮੀਟਰ ਠੀਕ ਹੈ ਤੇ ਇਸ ਨੂੰ ਤੁਸੀਂ ਮਿਸ਼ਰਤ ਪਿੰਨ ਦੇ ਵਿੱਚ ਵੀ ਲਿਖ ਸਕਦੇ ਹੋ ਕਿਉਂਕਿ ਅਸੀਂ ਭਿੰਨ ਵਾਲਾ ਚੈਪਟਰ ਵੀ ਕੀਤਾ ਹੈ ਤੇ ਅਸੀਂ ਦਸ਼ਮਲਵ ਵਾਲਾ ਵੀ ਠੀਕ ਹੈ ਤਾਂ ਤੁਸੀਂ ਇਹਨੂੰ ਪਿੰਨ ਰੂਪ ਚ ਵੀ ਲਿਖ ਸਕਦੇ ਹੋ ਮਿਸ਼ਰਤ ਪਿੰਨ ਰੂਪ ਦੇ ਵਿੱਚ ਕਿਵੇਂ 7 ਸਹੀ 1/2 ਸੈਂਟੀਮੀਟਰ ਇਹ ਵੀ ਦੀ ਲੰਬਾਈ ਹੈ ठीक है कि वे आया है तो पिन्न चैप्टर अपना रिकॉल करो दैट वी आर टू डिवाइड टू बाय फिफ्टीन हाँ फिफ्टीन बाय टू सॉरी देन विल गेट टू सैवन ज फोरटीन वन रिमेंडर सो वी कैन राइट इट एज मिक्स फ्रैक्शन मिश्रित पिन दे रूप साथ है? से लिखा जा सदै सत एक बटा दो सैवन एस टू वन बाय टू सेंटीमीटर्स ये मिश्रित पिन के रूप आ गया तो जो असं दशमलव रूप करिए इतने दशमलव लगन तो बाद ਇੱਕ ਦੇ ਨਾਲ ਜੋ ਇੱਕ ਜ਼ੀਰੋ ਲੱਗ ਜਾਗੀ 25 10 ਯਾਨੀ ਕਿ 7.5 ਸੈਂਟੀਮੀਟਰਸ ਕੀ ਮੇਰਾ ਆਨਸਰ ਸਹੀ ਹੈ ਨਹੀਂ ਇੱਥੇ ਮੈਂ ਇੱਕ ਜ਼ੀਰੋ ਲਗਾਉਂਗੀ ਕਿਉਂ ਜ਼ੀਰੋ ਲਗਾਉਂਗੀ ਕਿਉਂਕਿ ਸਾਨੂੰ ਪਤਾ ਹੈ ਕਿ ਦਸ਼ਮਲਵ ਤੋਂ ਬਾਅਦ ਜੇ ਸੈਂਟੀਮੀਟਰਾਂ ਦੀ ਇਕਾਈ ਹੈ ਤਾਂ ਉਹਦੇ ਵਿੱਚ ਸਾਨੂੰ ਦੋ ਸਥਾਨ ਹੋਣੇ ਚਾਹੀਦੇ ਆ ਠੀਕ ਹੈ ਕਿਉਂਕਿ ਅਸੀਂ ਕਹਿਆ ਸੀਗਾ ਕਿ ਜੋ ਸੈਂਟੀ ਹੈ ਉਹ ਸੌਵਾਂ ਹਿੱਸਾ ਦਰਸਾਉਂਦਾ ਹੈ ਠੀਕ ਹੈ ਤਾਂ ਸੌਵੇਂ ਕਿਵੇਂ ਹੋਊਗਾ ਦਸ਼ਮਲਵ ਸੰਖਿਆਵਾਂ ਦੇ ਚੈਪਟਰ ਨੂੰ ਤੁਸੀਂ ਇੱਕ ਵਾਰ ਧਿਆਨ ਨਾਲ ਲੈ ਕੇ ਆਓ ਕਿ ਇਹ ਹੈਗਾ ਦਸਵਾਂ ਇਹ ਹੈ ਸੋਮਾ ਠੀਕ ਹੈ ਇਸ ਕਰਕੇ ਜੋ ਹੈ ਇਹਦੇ ਵਿੱਚ ਦਸ਼ਮਲਵ ਤੋਂ ਬਾਅਦ ਸਾਡੇ ਕੋਲ ਕੀ ਆਏਗਾ 5 ਦੇ ਨਾਲ ਇੱਕ ਹੋਰ ਆਪਾਂ ਜ਼ੀਰੋ ਪਾਣੀ ਹੈ ਠੀਕ ਹੈ ਤੇ ਇਹ ਤੁਸੀਂ ਧਿਆਨ ਰੱਖਣਾ ਜਿਵੇਂ ਹੁਣ ਤੁਸੀਂ ਰੁਪਏਆਂ ਦੇ ਵਿੱਚ ਦੇਖਦੇ ਹੋ ਕਿਉਂਕਿ ਇੱਕ ਰੁਪਏ ਦੇ ਵਿੱਚ ਇੱਕ ਰੁਪਏ ਦੇ ਵਿੱਚ ਕਿੰਨੇ ਪੈਸੇ ਹੁੰਦੇ 100 ਪੈਸੇ ਸੋਰੀ ਹੈ ਨਾ ਤੇ ਇੱਕ ਰੁਪਏ ਦੇ ਵਿੱਚ 100 ਪੈਸੇ ਹੁੰਦੇ ਤਾਂ ਜਦ ਤੁਸੀਂ ਦੇਖਦੇ ਹੋ ਤਾਂ ਉੱਤੇ ਦੋ ਦੇ ਪਿੱਛੇ ਕੋਈ ਵੀ ਰੁਪਏ ਰਕਮ ਲਿਖੀ ਹੈ ਤਾਂ ਉਹਦੇ ਪਿੱਛੇ ਦਸ਼ਮਲਵਤ ਬਾਅਦ ਦੋ ਜ਼ੀਰੋਆਂ ਲਿਖੀਆਂ ਹੋਣੀਆਂ ਜੇ ਆਪਾਂ 2 ਰੁਪਏ ਲਿਖਣੇ ਹੋਣ ਇਹ ਕਿਉਂ ਹੁੰਦਾ ਕਿਉਂਕਿ ਉਹ ਸੌਵਾਂਵਾਂ ਭਾਗ ਜਿਹੜੇ ਪੈਸੇ ਆ ਉਹ ਸੌਵਾਂਵਾਂ ਭਾਗ ਦਰਸਾਉਂਦੇ ਇਸ ਕਰਕੇ ਅਸੀਂ ਦਸਵਾਂ ਤੇ ਸੌਵਾਂ ਲੈਣਾ ਐਵੇਂ ਜੇ ਤੇ ਸਾਡੇ ਕੋਲ ਮੀਟਰ ਹੁੰਦਾ ਤਾਂ ਅਸੀਂ ਤਿੰਨ ਦਸ਼ਮਲਵ ਸਥਾਨਾਂ ਤੱਕ ਜਾਣਾ ਸੀ ਕਿਉਂਕਿ ਜੇ ਕਿਲੋਮੀਟਰ ਹੁੰਦਾ ਤਾਂ ਕਿਉਂਕਿ ਉੱਥੇ ਕੀ ਹੁੰਦਾ ਸਾਡੇ ਕੋਲ ਹਜ਼ਾਰਵਾਂ ਭਾਗ ਦਰਸਾਉਂਦਾ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਜੋ ਹੈ ਆਪਣੇ ਕੁਐਸਚਨ ਹੱਲ ਕਰਨੇ ਤੇ ਤੁਸੀਂ ਇਹ ਇਕਾਈਆਂ ਦਾ ਧਿਆਨ ਜ਼ਰੂਰ ਰੱਖਣਾ ਹੈ ਠੀਕ ਹੈ ਸੋ ਨੈਕਸਟ ਪਾਰਟ ਇਸ ਕੀ ਹੁਣ ਜੇ ਅਸੀਂ ਉਹ ਜਿਹੜੀ ਸਾਡੀ 30 ਸੈਂਟੀਮੀਟਰ ਵਾਲਾ ਧੱਗਾ ਹੈ ਠੀਕ ਹੈ ਜਿਹੜਾ ਸਟ੍ਰਿੰਗ ਸਟ੍ਰਿੰਗ ਹੈਗਾ ਸਾਡੇ ਕੋਲ 30 ਸੈਂਟੀਮੀਟਰ ਦੀ ਲੈਂਥ ਹੈ ਠੀਕ ਹੈ ਧੱਗੇ ਦੀ ਲੰਬਾਈ ਕਿੰਨੀ ਹੈ 30 ਸੈਂਟੀਮੀਟਰ ਜੇ ਸਿਸ 30 ਸੈਂਟੀਮੀਟਰ ਤੱਕ ਦੀ ਲੰਬਾਈ ਨੂੰ ਇਹਦੇ ਵਿੱਚ ਬਦਲ ਲਈਏ ਇੱਕ ਸੰਪੂਜੀ ਤ੍ਰਿਭੁਜ ਦੇ ਵਿੱਚ ਬਦਲ ਲਈਏ ਠੀਕ ਹੈ ਕਿਹਦੇ ਵਿੱਚ ਬਦਲ ਲਈਏ ਇੱਕ ਸੰਪੂਜੀ ਤ੍ਰਿਭੁਜ ਦੇ ਵਿੱਚ ਤੇ ਸੰਪੂਜੀ ਤ੍ਰਿਭੁਜ ਕਿਹੜਾ ਤ੍ਰਿਭੁਜ ਹੁੰਦਾ ਜਿਹਦੀਆਂ ਸਾਰੀਆਂ ਸਾਈਡਸ ਕਿਹ ਹੁੰਦੀਆਂ ਇਕੁਅਲ ਹੁੰਦੀਆਂ ਠੀਕ ਹੈ ਤਾਂ ਇਹ ਸਾਡੇ ਕੋਲ ਇਸ ਨੂੰ ਸੰਪੂਰਨ ਤ੍ਰਿਭੁਜ ਦੇ ਰੂਪ ਦੇ ਵਿੱਚ ਜੋ ਹੈ ਸਾਡਾ ਧਾਗਾ ਤੇ ਤੁਸੀਂ ਸਕੇਲ ਨਾਲ ਯੂਜ਼ ਕਰਕੇ ਜੋ ਹੈ ਆਪਣੀਆਂ ਆਕ੍ਰਿਤੀਆਂ ਬਣਾ ਸਕਦੇ ਹੋ ਤੇ ਜਦੋਂ ਤੁਸੀਂ ਹੁਣ ਦੇਖੋਗੇ ਕਿ ਜੋ ਤੁਹਾਡਾ ਧਾਗਾ ਹੈ ਜਿਹੜਾ ਤੁਸੀਂ ਯੂਜ਼ ਕਰ ਰਹੇ ਹੋ ਹੈ ਨਾ ਇਹ ਸੰਪੂਰਨ ਤ੍ਰਿਭੁਜ ਬਣਾਉਣ ਲਈ ਤਾਂ ਇਹ ਤੁਸੀਂ ਪ੍ਰੈਕਟੀਕਲ ਵੀ ਕਰਕੇ ਦੇਖ ਸਕਦੇ ਹੋ ਕਿ ਜਿਹੜਾ ਉਹ ਧਾਗਾ ਹੈਗਾ ਉਹ ਤ੍ਰਿਭੁਜ ਦੇ ਕਿਹੜੇ ਭਾਗ ਦੇ ਵਿੱਚ ਜੋ ਹੈ ਯੂਜ਼ ਹੋਏਗਾ मतलब कितने उन्होंने लगाओगे जब तुम लगाओगे तो तुम साइड से लगाओगे है ना इधर लेके जाओगे फिर तुम इस तरीके मोड़ दोगे फिर इधरों ठीक है यानी कि वह क्या कवर करेगा इस त्रिभुज का परिमाप क्या कवर करेगा इस त्रिभुज का परिमाप ठीक है तो असं लिखा कि यह समुज त्रिभुज है इकूलेटर ट्राइंगल है इसका जो परिमाप है उस धागे की लंबाई दे बराबर हो ਅਸੀਂ ਕੀ ਪਤਾ ਕਰਨੀ ਐ ਇਸਦੀ ਹਰੇਕ ਸਾਈਡ ਪਤਾ ਕਰਨੀ ਐ ਬਈ ਇਹ ਇੱਕ ਸਾਈਡ ਦੀ ਜੋ ਲੰਬਾਈ ਹੈ ਉਹ ਕਿੰਨੀ ਹੋਏਗੀ ਠੀਕ ਐ ਤੁਸੀਂ ਫੇਰ ਉਸੇ ਤਰ੍ਹਾਂ ਲਿਖਣਾ ਸਾਡੇ ਕੋਲ ਜੋ ਧਾਗੇ ਦੀ ਲੰਬਾਈ ਹੈ ਉਹ ਕਿੰਨੀ ਦੇ ਰੱਖੀ ਐ ਤੇ ਹੁਣ ਅਸੀਂ ਜੋ ਹੈ ਧਾਗੇ ਨੂੰ ਮੋੜ ਕੇ ਕੀ ਬਣਾਇਆ ਗਿਆ ਇੱਕ संपुजी त्रिपुज बनाया गया इसलिए संपुजी जो त्रिपुज है दा परिमाप बराबर धागे लंबाई लेंथ ऑफ दैट स्ट्रिंग and this is going to be equal to 30 cm now we are to find ki jo sam puji tribhuj hai odi har ek puja di jo lambaiyan kinni hovegi ta kinni hovegi anupata karan layi asi ki karna hai jivein asi last question de vich kita si ki jo sada perimeter hai usnu kinne kide naal bhag kar do jinni us aakriti diyan ਪੁਜਾ ਮਹਨ ਤੇ ਇਸ ਆਕ੍ਰਿਤੀ ਦੀ ਕਿੰਨੀ ਹੈ ਬਰਾਬਰ ਪੁਜਾ ਮਹਨ ਤਿੰਨ ਤੁਸੀਂ ਇਸ ਨੂੰ ਜੇ ਸਾਡਾ ਪਰਿਮਾਪ ਹੈ ਉਸ ਨੂੰ ਕਿਹਦੇ ਨਾਲ ਗੁਣਾ ਕਰ ਸਾਰੇ ਕਿਹਦੇ ਨਾਲ ਭਾਗ ਕਰ ਦੇਣਾ ਹੈ ਤਿੰਨ ਤੇ ਇੱਥੇ ਸੈਂਟੀਮੀਟਰ ਇਕਾਈ ਤਾਂ ਅਸੀਂ ਸੈਂਟੀਮੀਟਰ ਯੂਜ਼ ਕਰਨੀ ਹੁਣ ਕਿਉਂਕਿ ਇਹ ਤਾਂ ਸੌਖੀ ਹੀ ਭਾਗ ਹੈ ਕਿ ਅਸੀਂ ਤਿੰਨ ਨੂੰ ਮਤਲਬ ਤੀਨ ਨੂੰ ਜੇ ਤਿੰਨ ਨਾਲ ਭਾਗ ਕੀਤਾ ਤੇ ਸਾਡੇ ਕੋਲ ਆਨਸਰ ਕਿੰਨਾ ਆਏਗਾ 10 ਸੈਂਟੀਮੀਟਰ ਤੇ ਇਟ ਮੀਨਸ ਜੋ ਹੈ ਹਰੇਕ ਪੁਜਾ ਹੈ ਇੱਕ ਕਿੰਨੇ ਕਿੰਨੇ ਸੈਂਟੀਮੀਟਰ ਦੀ ਹੋਏਗੀ 10 ਸੈਂਟੀਮੀਟਰ ਉਹ 30 ਸੈਂਟੀਮੀਟਰ ਦਾ ਰੇੜਾ ਧਾਗਾ ਸੀ ਉਹ ਜੋ ਹੈ 10-10 ਸੈਂਟੀਮੀਟਰ ਇੱਕ ਤਰਫ ਨੂੰ ਜੋ ਹੈ ਲਗਾਇਆ ਜਾਏਗਾ ਤਾਂ ਕਿ ਸਾਡੇ ਕੋਲ ਕੀ ਬਣ ਜਾਏ ਇੱਕ ਸੰਪੂਜੀ ਤ੍ਰਿਪੁਜ ਠੀਕ ਹੈ ਤੇ ਤ੍ਰਿਪੁਜ ਵਾਕਈ ਸੰਪੂਜੀ ਹੋਵੇਗੀ ਤੇ ਦੂਸਰਾ ਉਸ ਦੇ ਜੋ ਧਾਗਾ ਹੈ ਉਹ ਤੁਹਾਡੇ ਕਿੱਥੇ ਲਗਾਇਆ ਜਾਏਗਾ ਉਸ ਦੇ ਪਰਿਮਾਪ ਦੇ ਉੱਪਰ ਲਗਾਇਆ ਜਾਵੇਗਾ ਮਤਲਬ ਐਕਚੁਅਲੀ ਉਦੀ ਸਾਈਡ 'ਤੇ ਲਗਾਇਆ ਜਾਏਗਾ ਠੀਕ ਹੈ ਤੇ ਤੁਸੀਂ ਸਾਰੀ ਸਾਈਡਾਂ 'ਤੇ ਲਗਾਉਂਗੇ ਤਾਂ ਸਾਰੀ ਸਾਈਡਾਂ ਕਿਆ 10 ਨਹੀਂ ਹੈ ਉਹ ਪੁਜਾਵਾਂ ਦਾ ਜੋੜ ਦਰਸਾ ਰਹੀਆਂ ਠੀਕ ਹੈ ਪੁਜਾਵਾਂ ਨੂੰ ਜੋੜ ਕੇ ਹੀ ਬਣਾਇਆ ਗਿਆ ਤਾਂ ਇਸ ਕਰਕੇ ਉਹ ਕਿਆ ਕਿ ਕਿਨੂੰ ਦਰਸਾ ਰਿਹਾ ਪਰਿਮਾਪ ਨੂੰ ਤੇ ਇਸ ਤਰੀਕੇ ਨਾਲ ਤੁਸੀਂ ਆਪਣਾ ਕੁਐਸਚਨ ਸੋਲਵ ਕਰਨਾ ਹੈ ਨੈਕਸਟ ਇਜ਼ ਇੱਕ ਸਮ ਛੇ ਪੁਜ ਠੀਕ ਹੈ ਇੱਕ ਜਿਹੜਾ ਤੁਹਾਡਾ ਸਮ ਛੇ ਪੁਜ ਹੈ ਤੁਸੀਂ ਉਹ ਬਣਾਣਾ ਹੈ ਹੁਣ ਛੇ ਪੁਜ ਕਿਵੇਂ ਬਣੇਗਾ ਛੇ ਪੁਜਾਵਾਂ ਨੇ ਠੀਕ ਹੈ ਦਸ 6 ਸਾਈਡਿਡ ਫਿਗਰ ਸਾਨੂੰ ਪਤਾ ਹੈ ਕਿਆ ਹੈ ਉਹ ਸਾਡੀ हेक्सागन होती है और कैसा हेक्सागन है रेगुलर ठीक है क्योंकि उसने वर्ड यूज कर लेते हैं सम ठीक है जी तो ਤੁਸੀਂ सम 6 पूज पूजी त्रिभुज जो है वो बनानी है ठीक है तो ਤੁਸੀਂ उस अकॉर्डिंग जो है अपना ਇੱਕ ਕੁਐਸਚਨ ਸੋਲਵ ਕਰਨਾ ਹੈ ਕਿਉਂਕਿ ਇੱਥੇ ਅ ਜੇ ਤੁਹਾਡੀ ਪੁਜਾਵਾਂ ਨੇ ਉਹ ਕਿੰਨੀਆਂ ਹੋਣਗੀਆਂ 6 ਠੀਕ ਹੈ ਜੀ ਤੇ ਰੈਗੂਲਰ ਹੋਣੀਆਂ ਚਾਹੀਦੀਆਂ ਤੇ ਅਸੀਂ ਜੋ ਆਕ੍ਰਿਤੀ ਇੱਥੇ ਬਣਾ ਰਹੇ ਹਾਂ ਉਹਦੇ ਵਿੱਚ ਦੇਖਿਆ ਇਹ ਆਕ੍ਰਿਤੀ ਜੋ ਹੈ ਇਸ ਨੰਪ ਚਪੂਡ ਜੋ ਹੈ ਉਹ ਦਰਸਾਏਗੀ ਠੀਕ ਹੈ ਔਰ ਹਰ ਇੱਕ ਸਾਈਡ ਦਾ ਜੋ ਮਾਪ ਹੈ ਉਹ ਸੀ ਪਤਾ ਕਰਨਾ ਹੈ ਕਿ ਕਿੰਨਾ ਹੋਏਗਾ ਹੁਣ ਜਿਹੜੀ 30 ਸੈਂਟੀਮੀਟਰ ਵਾਲਾ ਸਾਡਾ ਸਟ੍ਰਿੰਗ ਸੀਗਾ ਜਿਹੜਾ ਸਾਡਾ ਧਾਗੇ ਧਾਗਾ ਸੀਗਾ 30 ਸੈਂਟੀਮੀਟਰ ਲੰਬਾਈ ਵਾਲਾ ਉਹ ਹੁਣ ਕਿਹਦੇ ਵਿੱਚ ਅਸੀਂ ਮਨਾ ਦੇਣਾ ਇੱਕ ਸਮ ਛੇ ਪੁਜ ਦੇ ਵਿੱਚ ਠੀਕ ਹੈ ਛੇ ਪੁਜਾਂ ਮਨ ਹੁਣ ਇਹਦੇ ਵਿੱਚ ਵੀ ਜੋ ਹੈ ਉਹ ਧਾਗੇ ਦੀ ਜੋ ਲੰਬਾਈ ਹੈ ਉਹ ਕਿਹਦੇ ਬਰਾਬਰ ਹੋਏਗੀ ਉਹ ਬਰਾਬਰ ਹੋਏਗੀ ਸਮ ਛੇ ਪੁਜ ਦੇ ਪਰਿਮਾਪ ਦੇ ਠੀਕ ਹੈ ਜੀ ਲਿਖ ਦੋਗੇ ਇਸ ਲਈ ਮੈਂ ਹੁਣ ਆਪਾਂ ਅਨਸਰ ਸੋਲਵ ਕਰ ਲੈਂਦੇ ਕਿ ਹਰੇਕ ਪੁਜਾ ਦੀ ਜੋ ਲੰਬਾਈ ਹੈ ਪਿਛਲੇ ਕੁਐਸਚਨ ਦੀ ਤਰ੍ਹਾਂ ਹੀ ਸਾਰਾ ਆਪਾਂ ਲਿਖਣਾ कि बराबर होएगी परिमाप बटा जिदने ये पुजाव गिनती है तो कि है सिक्स सो वी आर टू डिवाइड थर्टी सेंटीमीटर बाय सिक्स दिन विल गेट फाइव फाइव सेंटीमीटर एज आर आंसर सो so हरेक पूजा की लंबाई कितनी हो जाएगी इतने पांच सेंटीमीटर तो असं देख भी सकते क्योंकि रेगुलर है ਠੀਕ ਹੈ ਤਾਂ ਸਾਨੂੰ ਪਤਾ ਹੈ ਕਿ ਜਿੰਨੀਆਂ ਭੁਜਾਵਾਂ ਹੈ ਉਹਨੂੰ ਇੱਕ ਭੁਜਾ ਦੀ ਲੰਬਾਈ ਨਾਲ ਗੁਣਾ ਕਰ ਦੋ ਤੇ ਕਿੰਨਾ ਆ ਜਾਏਗਾ ਆਨਸਰ ਆ ਜਾਏਗਾ ਤਾਂ ਇਹੀ ਸਾਡਾ ਜੋ ਸੀਗਾ ਇਹ ਤਾਗੇ ਦੀ ਲੰਬਾਈ ਦੇ ਬਰਾਬਰ ਆ ਗਿਆ ਠੀਕ ਹੈ ਤੇ ਇਸ ਤਰੀਕੇ ਨਾਲ ਇਹ ਕੁਐਸਚਨ ਕਰਨਾ ਹੈ ਨੈਕਸਟ ਹੈ ਕਿ ਇੱਕ ਤ੍ਰਿਭੁਜ ਦੀਆਂ ਦੋ ਭੁਜਾਵਾਂ 14 ਸੈਂਟੀਮੀਟਰ ਅਤੇ 12 ਸੈਂਟੀਮੀਟਰ ਅਤੇ 14 ਸੈਂਟੀਮੀਟਰ ਹਨ ਇਸ ਦਾ ਪਰਿਮਾਪ ਜੋ ਹੈ ਉਹ 33 ਸੈਂਟੀਮੀਟਰ ਸਾਨੂੰ 기ਵਨ ਹੈ ਤੇ ਇਸ ਦੀ ਤੀਸਰੀ ਭੁਜਾ ਦੀ ਲੰਬਾਈ ਅਸੀਂ ਪਤਾ ਕਰਨੀ ਹੈ ਤਾਂ ਸਾਡੇ ਕੋਲ ਜੋ ਹੈ ਤ੍ਰਿਭੁਜ ਦੀਆਂ ਦੋ ਭੁਜਾਵਾਂ ਦੇ ਰੱਖੀਆਂ त्रिभुज की पहली भुजा फर्स्ट साइड ऑफ द ट्राएंगल इज ट्वेल्व सेंटीमीटर त्रिभुज की दूजी भुजा बराबर चौदह सेंटीमीटर त्रिभुज का परिमाप और सू कि गिवन है छत्तीस सेंटीमीटर हूं सू सा तीसरी साइड नहीं गिवन ये सू परिमाप के बनना है तो असं तीसरी पूजा जो है वो पता करनी है तो जी तीसरी पूजा की लंबाई है कि पता करा आप थर्ड साइड की जो लेंथ है डायमेंशन जो आप पता करनी हो क्या होगा परिमाप माइनस पहली पूजा द जोड़ पहली पूजा जमा दूजी पूजा ठीक है इन्हों दो असी जो है ਦੋਨੋਂ ਪੁਜਾਵਾਂ ਨੂੰ ਜੋੜ ਕੇ ਤੇ ਪਰਿਮਾਪ ਦੇ ਵਿੱਚੋਂ ਆਉਂਦੀ ਅਸੀਂ ਜੋ ਹੈ ਮਾਈਨਸ ਕਰ ਦੇਣੀ ਹੈ ਠੀਕ ਹੈ ਤਾਂ ਕਿ ਸਾਡੇ ਕੋਲ ਮਤਲਬ ਉਹਦਾ ਆਨਸਰ ਜੋ ਹੈ ਪਰਿਮਾਪ ਚ ਮਾਈਨਸ ਕਰ ਦੇਣਾ ਸੋਦਾ ਹੈ ਸਾਡੇ ਕੋਲ ਥਰਡ ਸਾਈਡ ਅਸੀਂ ਪ੍ਰਾਪਤ ਕਰ ਸਕੀਏ ਤਾਂ ਪਰਿਮਾਪ ਕਿੰਨਾ ਹੈ 36 ਮਾਈਨਸ ਹੁਣ ਇਹਨਾਂ ਨੂੰ ਅਸੀਂ ਬ੍ਰੈਕਟ ਵਿੱਚ ਲਿਖਾਂਗੇ ਕਿਉਂ ਕਿ ਅਸੀਂ ਪਹਿਲਾਂ ਜੋੜ ਕਰਾਂਗੇ ਦੋਨੋਂ ਪੁਜਾਵਾਂ ਦਾ ਤੇ ਅਸੀਂ ਫਿਰ ਪਰਿਮਾਪ ਦੇ ਵਿੱਚੋਂ ਇਸ ਨੂੰ ਘਟਾ ਦਾਂਗੇ ਤੇ ਇੱਥੇ ਵੀ 36 ਸੈਂਟੀਮੀਟਰ ਕਿਟਾਇਆ ਜਾਏਗਾ 36 ਸੈਂਟ ਕਿੰਨਾ ਜਾਏਗਾ 26 ਸੈਂਟੀਮੀਟਰ ਜੇ ਤੁਸੀਂ ਘਟਾਇਆ ਕਿਉਂਕਿ ਬਾਡਮਾਸ ਲਗੇਗਾ ਤਾਂ ਪਹਿਲਾਂ ਬ੍ਰੈਕਟ ਹੱਲ ਹੋਏਗੀ ਉਹਦੇ ਵਿੱਚ ਜੋ ਹੈ ਜੋੜ ਪਹਿਲਾਂ ਆਪਾਂ ਕਰਾਂਗੇ 12 ਔਰ 14 ਸੈਂਟੀਮੀਟਰ ਦਾ ਤੇ ਕਰਿਆ ਤੇ 26 ਸੈਂਟੀਮੀਟਰ ਆ ਗਿਆ ਹੁਣ ਅਸੀਂ 36 ਸੈਂਟੀਮੀਟਰ ਦੇ ਵਿੱਚੋਂ ਜੋ ਹੈ 26 ਸੈਂਟੀਮੀਟਰ ਜਦੋਂ ਡਿਡਕਟ ਕੀਤਾ ਮਾਈਨਸ ਕੀਤਾ ਉਹਨਾਂ ਨੂੰ ਘਟਾਇਆ ਤਾਂ ਕਿੰਨਾ ਆ ਜਾਏਗਾ 10 ਸੈਂਟੀਮੀਟਰ ਇਸ ਤਰੀਕੇ ਨਾਲ ਜੋ ਹੈ ਇਹ ਤੀਸਰੀ ਭੁਜਾ ਜਿਹੜਾ ਤ੍ਰਿਭੁਜ ਹੈ ਇਸ ਦੀ ਤੀਜੀ ਭੁਜਾ ਜੋ ਹੈ ਉਹਦੀ ਲੰਬਾਈ ਕਿੰਨੀ ਹੋਏਗੀ 10 ਸੈਂਟੀਮੀਟਰ ਤੇ ਇਹ ਸਾਡਾ ਕੀ ਹੈ ਇਹ ਸਾਡਾ ਪੁੱਤਰ ਨਾਉ ਨੈਕਸਟ ਕੁਐਸਚਨ ਇਜ਼ ਕਿ 250 ਮੀਟਰ ਭੁਜਾ ਵਾਲੇ ਵਰਗਾਕਾਰ ਬਗੀਚੇ ਦੇ ਚਾਰੇ ਪਾਸੇ ਵਾਰਡ ਲਗਾਉਣ ਵਾਰਡ ਲਗਾਉਣ ਦਾ ਖਰਚ ₹20 ਪ੍ਰਤੀ ਵਰਗ ਮੀਟਰ ਦੀ ਦਰ ਨਾਲ ਪਤਾ ਕਰਨਾ ਹੈ ਹੁਣ ਕਿਹੈਸਾ ਇਹ ਪਹਿਲਾਂ ਤਾਂ ਇਹ ਵਰਗਾਕਾਰ ਬਗੀਚਾ ਹੈ ਇਹਦੀ ਇੱਕ ਭੁਜਾ ਦੇ ਰੱਖੀ ਹੈ ਠੀਕ ਹੈ ਉਹਦੇ ਚਾਰੇ ਪਾਸੇ ਵਾਰਡ ਲਗਾਉਣੀ ਹੈ ਤਾਂ ਇਟ ਮੀਨਸ ਉਹਦੇ ਅਸੀਂ ਕਿਆ ਪਤਾ ਕਰਨਾ ਹੈ ਪੈਰੀਮੀਟਰ ਹੀ ਪਤਾ ਕਰਨਾ ਹੈ ਕਿਉਂਕਿ ਜਦੋਂ ਅਸੀਂ ਚਾਰੇ ਪਾਸਿਆਂ ਦੀ ਗੱਲ ਕਰ ਲਈ ਤਾਂ ਇਟ ਮੀਨਸ ਅਸੀਂ ਪੈਰੀਮੀਟਰ ਪਤਾ ਕਰਨਾ ਹੈ ਤੇ ਖਰਚ ਟੋਟਲ ਪਤਾ ਕਰਨਾ ਹੈ ਕਿ 20 ਰੁਪਏ ਜੇ ਪ੍ਰਤੀ ਵਰਗ ਮੀਟਰ ਹੈ ਤਾਂ ਜਿੰਨਾ ਸਾਡੇ ਕੋਲ ਆਨਸਰ ਆਏਗਾ ਉਹਨੂੰ ਅਸੀਂ 20 ਨਾਲ ਮਲਟੀਪਲਾਈ ਕਰਕੇ ਲੱਭ ਸਕਦੇ ਹਾਂ ਚਲੋ ਆਪਾਂ ਆਪਣਾ ਕੁਐਸਚਨ ਕਰਦੇ ਹਾਂ ਇਹਦੇ ਵਿੱਚ ਜੋ ਹੈ ਵਰਗਾਕਾਰ ਬਗੀਚੇ ਦੀ ਭੁਜਾ ਸਾਈਡ ਆਫ ਦੈਟ ਸਕੁਅਰ ਗਾਰਡ ਜੋ ਸਾਡੇ ਕੋਲ ਗਾਰਡਨ ਹੈ ਬਰਾਬਰ 2200 ਮੀਟਰ ਠੀਕ ਹੈ ਔਰ ਵਰਗਾਕਾਰ ਬਗੀਚੇ ਦੇ ਚਾਰੇ ਪਾਸੇ ਵਾੜ ਲਗਾਣੀ ਹੈ ਠੀਕ ਹੈ ਤਾਂ ਜਿਹੜੇ ਜਦੋਂ ਅਸੀਂ ਚਾਰੇ ਪਾਸੇ ਵਾੜ ਲਗਾਣੇ ਤਾਂ ਇਹਨੂੰ ਕੀ ਅਸੀਂ ਕਿਆ ਕਰਨਾ ਪਤਾ ਕਰਨਾ ਉਹਦਾ ਦਾ ਪਰਿਮਾਪ ਉਹ ਕਿੰਨਾ ਆਏਗਾ 4 ਗੁਣਾ ਪੁਜ ਇਨਕੀ 4 250 ਮੀਟਰ ਇੱਥੇ ਜੋ ਹੈ ਇਕਾਈ ਉਹ ਕੀ ਹੈ ਮੀਟਰ ਹੈ ਤਾਂ ਅਸੀਂ ਜਦੋਂ ਗੁਣਾ ਕਰਿਆ ਤਾਂ ਕਿੰਨਾ ਆ ਜਾਏਗਾ ਸਾਡੇ ਕੋਲ 1000 ਮੀਟਰ ਚੀ ਚੋਕੇ ਸੌ ਨੇ ਇੱਕ ਜ਼ੀਰੋ ਉਹਦੇ ਨਾਲ ਸੀ ਤਾਂ ਅਸੀਂ ਹਜ਼ਾਰ ਲਿਖਤਾ ਠੀਕ ਹੈ ਹਜ਼ਾਰ ਮੀਟਰ ਜੋ ਹੈ ਪਰਿਮਾਪ ਆ ਗਿਆ ਤੇ ਹੁਣ ਪ੍ਰਤੀ ਵਰਗ ਮੀਟਰ ਮਤਲਬ ਜਿਹੜਾ ਖਰਚ ਹੈ ਠੀਕ ਹੈ ਉਹ ਪ੍ਰਤੀ ਵਰਗ ਮੀਟਰ ਦਾ ਜਿਹੜੀ ਦਰ ਹੈ खर्च की दार कि रुपये प्रति वर्ग मीटर सॉरी so वर्ग नहीं बेटे थे प्रति मीटर ठीक है तो जो टोटल खर्च होएगा वो कि आ जाएगा 20 ਰੁਪਏ ਗੁਣਾ 1000 ਮੀਟਰ ਤਾਂ ਕਿੰਨਾ ਆ ਜਗਾ ਹੈ 20000 ਰੁਪਏ ਤੁਸੀਂ ਇਸ ਤਰੀਕੇ ਨਾਲ ਵੀ ਰੁਪਏ ਲਿਖ ਸਕਦੇ ਹੋ ਇਸ ਤਰੀਕੇ ਨਾਲ ਵੀ ਰੁਪਏ ਜੋ ਹੈ ਆਪਣਾ ਲਿਖ ਸਕਦੇ ਹੋ ਤੇ ਕਿਉਂਕਿ ਹੁਣ ਇੱਥੇ ਮੀਟਰ ਨਹੀਂ ਲਿਖਿਆ ਜਾਊਗਾ ਬਿਕੋਜ਼ ਅਸੀਂ ਖਰਚੇ ਦੀ ਗੱਲ ਕੀਤੀ ਹੈ ਤਾਂ ਖਰਚੇ ਦੇ ਵਿੱਚ ਅਸੀਂ ਪੈਸਿਆਂ ਜਾਂ ਰੁਪਿਆਂ ਦੀ ਗੱਲ ਕਰਦੇ ਹਾਂ ਇਸ ਕਰਕੇ ਜਿਹੜਾ ਸਾਡੀ ਇਕਾਈ ਹੈ ਉਹ ਕਿਹਦੇ ਵਿੱਚ ਬਦਲ ਜਾਏਗੀ ਰੁਪੀਸ ਦੇ ਵਿੱਚ ਕਨਵਰਟ ਹੋ ਜਾਏਗੀ ਜੋ ਸਾਡਾ ਮੀਟਰ ਸੀਗਾ ਕਿਉਂਕਿ ਇੱਥੇ ਅਸੀਂ ਪਰਿਮਾਪ ਦੀ ਗੱਲ ਕੀਤੀ ਹੈ ਤਾਂ ਉੱਥੇ ਜੋ ਯੂਨਿਟ ਹੈ ਉਹ ਕਿ ਆ ਯੂਜ਼ ਹੁੰਦਾ ਹੈ मीटर सेंटीमीटर इस करके असी उ यूनिट जो है अकोर्डिंग टू साढ़ा क्या पूछे मतलब के क्वेश्चन क्या फाइंड आउट कर रहे अकॉर्डिंग असी लगा नैक्सट क्वेश्चन इस एकायतकार बगीचे जिसकी लंबाई एक सौ पचहत्तर मीटर चौड़ाई एक सौ पच्ची मीटर है तो चार पास बारह रुपए प्रति मीटर की दर न जो है वार्ड लगा खर्च पता करना है सिमिलर क्वेश्चन है बस ये जो है शेप ऑफ द गार्डन इज रेक्टेंगूलर है ना रेक्टेंगूलर है आयतकार है तो ये पहला आयतकार बगीचे का जो सू गिवन है डायमेंशन लंबाई एक सौ पचहत्तर मीटर आयतकार बगीचे की चौड़ाई एक सौ पच्ची मीटर ठीक है दिस इज इक्वल्स टू लेंथ एंड दिस इज इक्वल्स टू ब्रेथ सो so, असी पहला यदा आयतकार बगीचे का परिमाप पैरीमीटर फाइंड आउट कर ल कर लाँगे टू इन टू एल प्लस बी दे फॉर्मले सो so, पहला असी लेंथ और ब्रैथ न जो है जोड़ लेना यह साढ़े को आ जाएगा थ्री हंड्रड ठीक है मीटर जरूर लिखनी है कई तो आ, आ जाएगा साढ़े को छः सौ मीटर हूँ असी खर्च पता करना है कुल तो दर थानू बारह रुपए प्रति मीटर की दे रखिए तो कुल खर्च कि आ जाएगा जो साढे को ट्वेल्व रुपीस गिवन है उसनों सिक्स हंड्रेड जो थोड़ा आया आंसर उस मल्टीप्लाई करो सो इट कम्स आउट टू बी सैवनटी टू हंड्रड रुपीस ठीक है जी तो इस तरीके क्वेश्चन करना है हम सा क्वेश्चन हैगा ਅਸੀਂ ਆਪਣੇ ਨੈਕਸਟ ਲੈਕਚਰ ਚ ਕਰਾਂਗੇ ਤੇ ਅਸੀਂ ਆਪਣਾ ਜੋ ਹੈ ਅ ਨੈਕਸਟ ਟਾਪਿਕ ਜੋ ਖੇਤਰਫਲ ਦਾ ਹੈ ਇਹ ਵੀ ਅਸੀਂ ਆਪਣੇ ਨੈਕਸਟ ਲੈਕਚਰ ਚ ਕਰਾਂਗੇ ਤਾਂ ਜਿਹੜਾ ਇਹ ਅੱਜ ਦੇ ਕੁਐਸਚਨ ਹੈ ਤੁਸੀਂ ਆਪਣੀ ਕਾਪੀ ਚ ਅੱਛੀ ਤਰੀਕੇ ਨਾਲ ਕਰਨੇ ਹੈ ਤੇ ਆਪਣੇ ਟੀਚਰ ਨੂੰ ਜ਼ਰੂਰ ਭੇਜਨੇ ਹੈ ਠੀਕ ਹੈ ਜੀ ਤਾਂ ਕਿ ਤੁਹਾਨੂੰ ਜੋ ਹੈ ਐਗਜ਼ਾਮ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਏ ਤਾਂ ਅੱਜ ਦੇ ਲਈ ਇੰਨਾ ਹੀ ਧੰਨਵਾਦ